ਹਰਿਮੰਦਗੜ੍ਹ ਛੰਨਾ ਦੇ ਵਿੱਚੋਂ ਸਾਨੂੰ ਕਾਫੀ ਕੰਪਲੇਂਟਸ ਆ ਰਹੀਆਂ ਸੀ ਸਪੈਸੀਫਿਕਲੀ ਨਸ਼ੇ ਦੇ ਰਿਲੇਟਡ ਉਹਦੇ ਕਰਕੇ ਅੱਜ ਅਸੀਂ ਰੇਡ ਪਲਾਨ ਕੀਤੀ ਹੈਗੀ ਆ ਜਿਹਦੇ 'ਚ ਅਰਾਊਂਡ 120 ਦੇ ਕਰੀਬ ਮੁਲਾਜ਼ਮ ਜਿਹੜੇ ਉਹ ਉਹਨਾਂ ਨੇ ਪਾਰਟੀਸਪੇਟ ਕੀਤਾ ਇਸ ਰੇਡ ਦੇ ਵਿੱਚ ਅਰਲੀ ਮਾਰਨਿੰਗ ਅਸੀਂ 5 ਵਜੇ ਦੇ ਕਰੀਬ ਇਹ ਰੇਡ ਇਨੀਸ਼ੀਏਟ ਕੀਤੀ ਸੀਗੀ ਹੁਣ ਤੱਕ ਦੀ ਸਰਚ ਦੇ ਵਿੱਚ ਸਾਨੂੰ 20 ਦੇ ਕਰੀਬ ਅਸੀਂ ਮੋਟਰਸਾਈਕਲ 2 ਕਾਰਾਂ ਇਹ ਸੀਜ਼ ਕੀਤੀਆਂ ਨੇ ਜਿਹੜੀਆਂ ਸਸਪੀਸ਼ੀਅਸ ਪਰਸਨਸ ਨੂੰ ਬਿਲੋਂਗ ਕਰਦੀਆਂ ਨੇ 15 ਦੇ ਕਰੀਬ ਅਸੀਂ ਜਿਹੜੇ ਹੈਗੇ ਆ ਸ਼ੱਕੀ ਪਰਸਨਸ ਜਿਹੜੇ ਉਹ ਐਪਰੀਹੈਂਡ ਕੀਤੇ ਆ ਜਿਹੜੇ ਬਾਹਰੋਂ ਸੀਗੇ ਜਾਂ ਜਿਹੜੇ ਆਪਣਾ ਆਈਡੈਂਟੀ ਨਹੀਂ ਦੱਸ ਰਹੇ ਸੀਗੇ ਇਸ ਤੋਂ ਇਲਾਵਾ ਸਰਚ ਅਜੇ ਕੰਟੀਨਿਊ ਹੈ ਸੱਚ ਦੇ ਵਿੱਚ ਜੋ ਵੀ ਮਿਲੇਗਾ ਉਹਦੇ ਅਕੋਰਡਿੰਗਲੀ ਅਸੀਂ ਤੁਹਾਨੂੰ ਅਪਡੇਟ ਕਰ ਦਾਂਗੇ ਇਸ ਤੋਂ ਪਹਿਲਾਂ ਅਸੀਂ ਅੱਜ ਸਮੁੰਦਗੜ੍ਹ ਛੰਨਾ ਕੀਤੀ ਹੈ ਥੋੜ੍ਹੇ ਦਿਨ ਪਹਿਲਾਂ ਸ਼ੇਰਪੁਰ ਅਤੇ ਸਿਟੀ ਧੂਰੀ ਦੇ ਵਿੱਚ ਹੋ ਚੁੱਕੀ ਹੈ ਅਤੇ ਇਹਦੇ ਅਕੋਰਡਿੰਗਲੀ ਜਿੱਥੇ ਵੀ ਸਾਨੂੰ ਕੋਈ ਇਨਫੋਰਮੇਸ਼ਨ ਆਉਂਦੀ ਹੈ ਉਹਦੇ ਅਸੀਂ ਸਰਚ ਪਲਾਨ ਕਰ ਰਹੇ ਹਾਂ ਮਾੜੇ ਅਨਸਰ ਜੀ ਆਲਮੋਸਟ ਡੇਲੀ ਕੋਈ ਨਾ ਕੋਈ ਹੈ ਜਿਹੜੀ FIR NDPS ਦੀ ਉਹ ਰਜਿਸਟਰ ਹੋ ਰਹੀ ਹੈ ਇਸ ਤੋਂ ਇਲਾਵਾ ਜੋ 110 ਦੇ ਕਲੰਦਰੇ ਨੇ 109 ਦੇ ਕਲੰਦਰੇ ਨੇ ਐਜ਼ ਪਰ ਲਾਅ ਉਹ ਵੀ ਅਸੀਂ ਇਨੀਸ਼ੀਏਟ ਕਰ ਰਹੇ ਹਾਂ ਇਹਨਾਂ ਦੇ ਖਿਲਾਫ ਲੋਕਾਂ ਤੋਂ ਸਾਨੂੰ ਕੋਆਪਰੇਸ਼ਨ ਦੀ ਲੋੜ ਹੈ ਜੀ ਮਤਲਬ ਪਬਲਿਕ ਦੇ ਕੋਆਪਰੇਸ਼ਨ ਦੇ ਨਾਲ ਹੀ ਜਿਹੜਾ ਕੋਈ ਵੀ ਕ੍ਰਿਮੀਨਲ ਹੈ ਕੋਈ ਵੀ ਕ੍ਰਿਮੀਨਲ ਐਕਟੀਵਿਟੀ ਹੈ ਉਹਨੂੰ ਰੋਕਿਆ ਜਾ ਸਕਦਾ ਉਹਨਾਂ ਦੇ ਸਾਥ ਦੀ ਲੋੜ ਹੈ ਰਲ ਮਿਲ ਕੇ ਅਸੀਂ ਆਪਾਂ ਸਾਰੇ ਜਿਹੜੀ ਨਸ਼ੇ ਦੀ ਜਿਹੜੀ ਹੈਗੀ ਇਹਨੂੰ ਠੱਲ ਪਾਵਾਂਗੇ